ਅਸਲਾਮ ਵਾਲੇਕੁਮ ਮੌਜੂਦ ਨਾਜ਼ਰੀਨ, ਅਤੇ ਮੈਂ ਤੁਹਾਡਾ ਮੇਜ਼ਬਾਨ ਲਿਆਕਤ ਅਲੀ ਡਾਰ। ਅਤੇ ਨਾਜ਼ਰੀਨ, ਅੱਜ ਕੱਲ੍ਹ ਜੋ ਸਿਆਸੀ ਸੂਰਤ ਹਾਲ ਅਤੇ ਗਹਿਮਾ ਗਹਿਮੀ ਸਾਡੇ ਪਾਕਿਸਤਾਨ ਦੇ ਵਿੱਚ ਹੈ ਵੇ, ਅਤੇ ਅਸੀਂ ਉਸ ਮੌਜੂ 'ਤੇ ਅੱਜ ਅਸੀਂ ਪ੍ਰੋਗਰਾਮ ਕਰ ਰਹੇ, ਅਤੇ ਅਸੀਂ ਅੱਜ ਸਪੈਸ਼ਲ ਆਪਣੇ ਸਟੂਡੀਓ 'ਚ ਚੌਧਰੀ ਸ਼ੁਜਾਤ ਹੁਸੈਨ ਨੂੰ ਬੁਲਾਇਆ ਵੇ, ਅਤੇ ਇਹਨਾਂ ਕੋਲ ਪੁੱਛ ਰਹੇ ਹਾਂ ਕਿ ਜਿਹੜਾ ਜ਼ਰਦਾਰੀ ਸਾਹਿਬ ਤੁਹਾਨੂੰ ਨਾਲ ਮੁਲਾਕਾਤ ਕਰਕੇ ਗਏ ਨੇ ਇੱਕ ਦਿਨ ਪਹਿਲੇ, ਤਾਂ ਕੀ ਐਸਾ ਉਹਨਾਂ ਕੋਲ ਜਾਦੂ ਦੀ ਕਹਿ ਲਓ ਕਿ ਸੋਟੀ ਸੀ ਕਿ ਕਿਹੜੀ ਉਹਨਾਂ ਨੇ ਚਲਾਈ ਕਿ ਜਿਹੜੀ ਤੁਸੀਂ ਜਿਹੜੇ ਲੋਕ ਮਠਿਆਈਆਂ ਲੈ ਕੇ ਬਾਹਰ ਸੜਕਾਂ ਦੇ ਰੋਡ 'ਤੇ ਆ ਗਏ, ਅਤੇ ਬਾਅਦ 'ਚ ਉਹਨਾਂ ਨੇ ਚਾਦਰਾਂ ਵਿਛਾ ਦਿੱਤੀਆਂ, ਦਰੀਆਂ ਵਿਛਾ ਦਿੱਤੀਆਂ, ਉਹ ਕੀ ਐਸੀ ਤੁਸੀਂ ਕੀਤਾ ਹੋਇਆ ਸਾਨੂੰ ਦੱਸੋ। ਮੈਂ ਕੰਪਨੀ ਯਾਰ ਦੀ ਕੰਪਨੀ ਬਾਅਦ ਇਸ ਬਾਤ ਕਰਨਾ ਚਾਹੁੰਦਾ ਹਾਂ ਕਿ ਦਰਦਾਰ ਸਾਹਿਬ ਸੇ ਮੇਰੀ ਮੁਲਾਕਾਤ ਹੋਈ ਹੈ। ਵੋ ਆਪਕੀ ਬਾਤ ਬਜਾ ਹੈ ਕਿ ਆਪਨੇ ਜੋ ਵੀ ਕਿਹਾ ਕਿ ਵੋ ਬੜੇ 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 ਜਾਦੂਗਰ ਹੈ, ਬੜੇ ਬੜੇ। ਤੁਹਾਡੀ ਗੱਲ ਕੱਟ ਕੇ ਸਾਨੂੰ ਸਮਝ ਵੀ ਲੱਗਣੀ ਚਾਹੀਦੀ ਹੈ ਨਾ। ਅਸੀਂ ਕਿਹਾ ਇੱਦਾਂ ਕਿ ਤੂੰ ਆਪਣਾ ਬੰਦਾ ਘਰੋਂ ਲੈ ਜਾਣ ਸੇ ਮੇਰੇ, ਇਹ ਤਾਂ ਸਮਝ ਨਹੀਂ ਪਾਇਆ ਜਿੱਦਾਂ ਜੋ ਵੀ ਗੱਲਬਾਤ, ਤੈਨੂੰ ਆਪਣੇ ਦਿਮਾਗ ਦੇ ਆਬੂ ਰਹਿਣ 'ਤੇ ਜੋ ਮੈਂ ਕਹਿਣਾ। ਬੰਦਾ ਅਸੀਂ ਚਾਈਨਾ 'ਚੋਂ ਫਿਰ ਲੈ ਕੇ ਆਉਂਦੇ, ਇਹ ਗੱਲ ਮੇਰੀ ਜ਼ਿੰਮੇਦਾਰੀ ਨਹੀਂ। ਬੰਦਾ ਚਾਈਨਾ ਆਪਣੇ ਘਰੋਂ ਜਿਸ ਮੈਂ ਗੱਲ ਕਰੀ ਪੈਣੀ, ਤੁਹਾਨੂੰ ਇਹਦੇ ਬਾਰੇ ਬੜਾ ਦਿਮਾਗ ਲਾਉਣਾ ਪੈਣਾ। ਉਸ ਤੋਂ ਬਾਅਦ ਇਨਸ਼ਾ ਅੱਲਾਹ ਮੇਰੀ ਕੋਸ਼ਿਸ਼ ਹੈ ਕਿ ਮੈਂ ਪਾਕਿਸਤਾਨ ਕੇ ਲਈ ਔਰ ਇਮਰਾਨ ਖਾਨ ਸਾਹਿਬ ਜੋ ਜਜ਼ਾਇਰ ਸਾਹਿਬ ਹੈ ਉਨਕੇ ਸਾਥ ਬੜੇ ਇਸ ਵਾਰ ਅੱਲਾਹ ਤਾਲਾ ਕੇ ਔਰ ਮੈਂ ਆਉਣ ਵਾਲੇ ਵਕਤ ਕੇ ਲਈ ਜੋ ਵੀ ਹਾਲਾਤ ਹੈ ਪਾਕਿਸਤਾਨ ਕੇ ਲਈ, ਮੈਂ ਬੁਰੇ ਹਾਲਾਤ ਨਹੀਂ ਚੱਕਣ ਦੇਣਾ। ਮਤਲਬ ਮੈਂ ਪਾਕਿਸਤਾਨ ਕੋ ਖੁਸ਼ ਦੇਖਣਾ ਚਾਹਤਾ ਹੂੰ, ਨਾ ਮੈਂ ਪਾਕਿਸਤਾਨ ਕੋ ਮੇਰੀ ਜ਼ਰੂਰਤ ਪਾਈ, ਮੈਂ ਦੇਖੋ ਪਾਕਿਸਤਾਨ ਵਿੱਚ ਜੋ ਕੌਮ ਹੈ ਜੋ ਜ਼ਬਰ ਖੁਸ਼ ਹੋਣਾ ਜੀ। ਖੁਸ਼ ਤੁਸੀਂ ਕਿਸ ਤਰ੍ਹਾਂ ਕਰਨਾ ਚਾਹੁੰਦੇ? ਤੁਸੀਂ ਸਾਰੇ ਤੇ ਸਫੇ ਮਾਤਮ ਵਿਛਾ ਦਿੱਤੀਆਂ ਇਹਨਾਂ ਨੇ, ਤੇ ਅਸਲ ਮੈਂ ਕੁਛ ਐਸੇ ਮਾਮਲਾ ਹੋਤੇ ਹੈ ਕਿ ਜੋ ਕਿ ਹਮੇ ਇਹ ਪਾਕਿਸਤਾਨ ਹੈ, ਇਸਮੇਂ ਜੇ ਸਿਆਸੀ ਦਾਓ ਪੇ ਔਰ ਉਸਮੇਂ ਜੋ ਚਲਤਾ ਹੈ ਕਿ ਗੱਲ ਕੱਟ ਕੇ ਤੁਸੀਂ ਮੈਨੂੰ ਪਹਿਲੇ ਦੱਸੋ, ਸਰਦਾਰੀ ਸਾਹਿਬ ਨੂੰ ਸਮਝ ਲੱਗ ਗਈ ਸੀ ਤੁਹਾਡੀ? ਇਨਸ਼ਾ ਅੱਲਾਹ ਮੈਨੂੰ 10 ਦਿਨਾਂ ਬਾਅਦ ਦੱਸਿਆ ਵੀ ਤੁਸੀਂ ਆ ਗਿਆ ਜੋ ਵੀ ਗਿਆ, ਫਿਰ ਉਹਨੂੰ ਬਾਅਦ ਰਿਪੋਰਟ ਆਈ। ਦਰਦਾਰੀ ਸਾਹਿਬ ਇੱਕ ਬੜਾ ਵੱਡਾ ਦਿਮਾਗ ਮੁਲਕ ਦਾ ਸੱਤਾ ਰਹਿ ਚੁੱਕਾ, ਇਸ ਮੁਲਕ ਦੇ ਵਿੱਚ ਕਿਸੇ ਪਾਸੇ ਕੋਈ ਵੀ ਪਾਸਾ ਬੋਲ ਸਕਦਾ, ਕੁਛ ਵੀ ਹੋ ਸਕਦਾ ਪਾਕਿਸਤਾਨ ਦਾ। ਅਗਰ ਮੈਂ ਫੈਸਲਾ ਕੀਤਾ ਔਰ ਮੇਰਾ ਖਿਆਲ ਕਿ ਫੈਸਲਾ ਪੇਸਰੀ ਨਾ ਕਰਕੇ ਮੈਨੇ ਪਹਿਲੇ ਮਿਠਾਈ ਲੋਕ ਵੰਡ ਰਹੇ, ਨੱਚ ਰਹੇ, ਢੋਲ ਧਮਾਕਾ ਕਰ ਰਹੇ ਸੀ ਇੱਕਦਮ ਉਹਨੂੰ ਸਵਾਈ, ਇਹਦੇ ਅਸਲ ਮੈਂ ਇਹਦਾ ਨਾਲ ਹੀ ਸ਼ਾਸਤ ਲੈ ਕੇ ਸਾਹਿਬ ਇੱਕ ਗੱਲ ਦੱਸੋ, ਤੁਹਾਡੀ ਕਿਸੇ ਨੂੰ ਸਮਝ ਲੱਗੇ ਜਾਂ ਨਾ ਲੱਗੇ, ਤੁਹਾਡੇ ਖੱਤ ਦੀ ਸਮਝ ਲੱਗ ਗਈ ਸਭ ਨੇ? ਅਗਰ ਮੈਂ ਬੋਲਣਾ ਚਾਹੋ ਲਿਖਣ 'ਚ ਬੜਾ ਫਰਕ ਹੈਗਾ, ਤੋ ਇਨਸ਼ਾਅੱਲਾ ਮੇਰੀ ਅਕਸਰ ਜਿਹੜੀ ਬਾਤ ਉਹ ਜਾਨਵਰ ਬੜੇ ਅੱਛੇ ਤਰੀਕੇ ਸੇ ਸਮਝ ਆ ਜਾਂਦੇ, ਜਾਨਵਰ ਬੜੇ ਅੱਛੇ ਤਰੀਕੇ ਸਮਝੇ। ਸੋ ਜਾਨਵਰ ਬੜੇ ਆਦਤ, ਲੇਕਿਨ ਕਦੇ ਕਿਸੇ ਜਾਨਵਰ ਨੇ ਮੇਰੇ ਤੋਂ ਇਤਰਾਜ਼ ਨਹੀਂ ਕੀਤਾ, ਲੇਕਿਨ ਆਪ ਅਜੀਬ ਜਿਹੇ ਲੋਕ ਹੈ, ਅਤੇ ਤੁਹਾਨੂੰ ਨਹੀਂ ਸਮਝ ਲੱਗਦੀ, ਮੈਨੂੰ ਤੁਹਾਡੀ ਸਮਝ ਨਹੀਂ ਲੱਗਦੀ, ਉਹ ਤੁਸੀਂ ਹੀ ਲੱਗ। ਅਤੇ ਨਾਜ਼ਰੀਨ, ਤੁਸੀਂ ਚੌਧਰੀ ਸ਼ੁਜਾਤ ਸਾਹਿਬ ਦਾ ਇੰਟਰਵਿਊ ਦੇਖਿਆ ਵੇ, ਅਤੇ ਸਾਨੂੰ ਕਮੈਂਟਸ ਵਿੱਚ ਲਾਜ਼ਮੀ ਕਰਿਓ ਕਿ ਤੁਹਾਨੂੰ ਇਹਨਾਂ ਦੀ ਕੋਈ ਗਲਤੀ ਸਮਝ ਲੱਗੀ, ਅਤੇ ਸਾਡੀ ਵੀਡੀਓ ਤੁਹਾਨੂੰ ਪਸੰਦ ਆਵੇ ਅਤੇ ਲਾਈਕ ਵੀ ਕਰਿਓ, ਸ਼ੇਅਰ ਵੀ ਕਰਿਓ, ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਿਓ, ਅਤੇ ਜ਼ਿੰਦਗੀ ਨੇ ਵਫਾ ਕੀਤੀ, ਦੁਬਾਰਾ ਮੁਲਾਕਾਤ ਹੋ ਗਈ। ਪਾਕਿਸਤਾਨ ਜ਼ਿੰਦਾਬਾਦ।